धन दौलत जमीन ते जोरू तिने मुख कारण ने लड़ाई दे। इस दौरान मोहाली विखे एक कुड़िया पिछे दो ग्रुपां विच झपट हो गई, जिस दौरान कई नौजवान जख्मी हो गए। इस संबंधी पुलिस वालों कई व्यक्तियों विरुद्ध केस दर्ज कर लिया गया, जिन्हां विचों 5-6 व्यक्तियों को गिरफ्तार भी कर लिया गया। इस संबंधी जानकारी देने DSP हरसिमरनजीत सिंह बल ਅਤਾ ਸਾਨੂੰ ਕੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ, ਕੀ ਹੈ ਸਾਰਾ ਮਾਮਲਾ? ਬਲ ਸਾਹਿਬ, ਰਾਤ ਕੁੰਭੜੇ ਜਿਹੜੀ ਲੜਾਈ ਹੋਈ ਆ ਉਹਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ, ਕਿਉਂਕਿ ਇਹਦੇ ਵਿੱਚ ਇੱਕ ਕਤਲ ਦਾ ਵੀ ਪਤਾ ਲੱਗਿਆ ਕਿ ਹੋਇਆ, ਇਹਦੇ ਵਿੱਚ ਕੀ ਮਾਮਲਾ ਹੁਣ ਤੱਕ ਸਾਹਮਣੇ ਆਇਆ? ਬੇਸਿਕਲੀ ਦੋ ਪਾਰਟੀਆਂ ਦੀ ਆਪਸ 'ਚ ਲੜਾਈ ਹੋਈ ਹੈ, ਰਾਹੁਲ ਤੇ ਕੀ ਕਹਿੰਦੇ ਗੌਰਵ ਦੀ। ਇਹਦੇ ਵਿੱਚ 3 ਬੰਦੇ ਜ਼ਖਮੀ ਹੋਏ ਆ, ਰਾਹੁਲ, ਪ੍ਰਵੀਨ ਤੇ ਹਰਸ਼। ਇਹ ਤਿੰਨੋਂ ਕੁੰਭੜੇ ਦੇ ਹੈ ਤੇ ਜਿਨ੍ਹਾਂ ਨਾਲ ਲੜਾਈ ਹੋਈ ਹੈ ਅਰਜਨ, ਹਰਦੀਪ, ਬੱਬੂ, ਕਰਮਵੀਰ ਤੇ ਗੌਰਵ। ਇਹ ਪੰਜਾਂ ਨਾਲ ਇਹਨਾਂ ਦਾ ਆਪਸ 'ਚ ਝਗੜਾ ਹੋਇਆ ਅਤੇ ਇਹ ਅਸੀਂ ਉਹਨਾਂ 'ਤੇ FIR ਨੰਬਰ 76 ਡੇਟਡ 12/6 ਅੰਡਰ ਸੈਕਸ਼ਨ 307, 323, 148, 149, 506 IPC ਪਰਚਾ ਦਰਜ ਕੀਤਾ। ਸਰ, ਕਾਰਨ ਕੀ ਸੀਗਾ ਲੜਾਈ ਦਾ? ਬੇਸਿਕਲੀ ਕੁੜੀਆਂ ਪਿੱਛੇ ਹੀ ਇਹਨਾਂ ਦੀ ਲੜਾਈ ਹੋਈ ਹੈ ਅਤੇ ਅਸੀਂ ਇਹਦੇ ਵਿੱਚ 5 ਜਣਿਆਂ ਦੀ ਅਰੈਸਟ ਪਾ ਲਈ ਹੈ। ਸਰ, ਰਹਿੰਦੇ ਕਿੱਥੇ ਸੀ, ਕਿੰਨੇ ਮੁੰਡੇ ਦੇ ਆਸ ਵਿੱਚ? ਜਿਹਨਾਂ ਦੇ 2 ਸੁਹਾਣੇ ਦੇ ਆ ਜੀ, ਬੱਬੂ ਤੇ ਕਰਨਵੀਰ, ਅਰਜਨ, ਹਰਦੀਪ ਤੇ ਗੌਰਵ ਜਿਹੜਾ ਹੈ ਕੁੰਬੜੇ ਦੇ ਆ। 5-6 ਵਿਅਕਤੀ ਅਨਨੋਨ ਆ ਜਿਨ੍ਹਾਂ ਨੂੰ ਵੀ ਛੇਤੀ ਅਸੀਂ ਗ੍ਰਿਫਤਾਰ ਕਰਨਾ। ਸਰ, ਦਾਖਲ ਕਿੰਨੇ ਨੇ? ਸਰ, ਇਹਦੇ 'ਚ 3 ਦਾਖਲ ਹੈ, ਹਰਸ਼ 6 ਫੇਸ 'ਚ ਦਾਖਲ ਹੈ ਅਤੇ ਰਾਹੁਲ ਦੀ 6 ਫੇਸ ਤੋਂ ਛੁੱਟੀ ਹੋ ਚੁੱਕੀ ਹੈ ਅਤੇ ਪ੍ਰਵੀਨ ਔਰ ਪ੍ਰਿੰਸ ਜਿਹਦੇ ਥੋੜ੍ਹੀ ਜਿਹੀ ਵੱਧ ਸੱਟ ਵੱਜੀ ਹੈ, ਇਹ PGI ਰੈਫਰ ਹੋਇਆ ਸਰ ਇਹਨਾਂ ਕੋਲ ਹਥਿਆਰ ਕਿਹੜੇ ਸੀਗੇ, ਕਿਸ ਹਥਿਆਰ ਇਹਦੇ ਵਿੱਚ ਕੀ ਕਹਿੰਦੇ ਜਿਹੜੇ ਗੰਡਾਸੇ ਤੇ ਟਾਈਪ ਤੇ ਉਹ ਕੀ ਕਹਿੰਦੇ ਜਿਹੜੇ ਕਈ ਵਾਰ ਮਾਹੌਲ ਦੇ ਬਣਾਉਂਦੇ ਆ ਚੇਨ ਵਾਲੇ ਉਹਦੇ 'ਚ ਸੀਗੇ ਸਰ ਜਿਹੜੇ ਅਰੈਸਟ ਕੀਤੇ ਨੇ ਇਹਨਾ
ਬਾਹਰ ਦਾ ਹੈ, ਬਾਕੀ ਸਾਰੇ ਕੀ ਕਹਿੰਦੇ ਇੱਥੇ ਲੋਕਾਂ ਦਾ। ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਅਜੇ ਤੱਕ ਤਾਂ ਕੋਈ ਸਾਹਮਣੇ ਨਹੀਂ ਆਈ, ਪਰ ਫਿਰ ਵੀ ਜਿਹੜੀ ਡਿਟੇਲਡ ਐਂਟੀਸੀਡੈਂਟ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਿੱਤਾ ਜਾਊ। ਬੇਸਿਕਲੀ ਪ੍ਰਿੰਸ ਦੀ ਹੁਣ ਹਾਲਤ ਕਿਸ ਤਰ੍ਹਾਂ, ਗੰਭੀਰ ਆ ਜਾਂ ਕੀ ਉਹਦੇ ਵਿੱਚ ਕੀ ਕਹਿੰਦੇ ਰਾਤ ਦਾ, ਹੁਣ ਵੈਸੇ ਉਹ ਬੋਲ ਤੇ ਰਿਹਾ ਸੀ ਆਈਓ ਨਾਲ, ਪਰ ਉਹਨੇ ਫਲੂਐਂਟਲੀ ਨਹੀਂ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿਉਂਕਿ ਡਾਕਟਰ ਸਾਹਿਬ ਨੇ ਉਹਨੂੰ ਅਨਫਿਟ ਦਿੱਤਾ ਹੋਇਆ ਸੀ।